ਬਾਤ ਹੁਣ ਵੱਡੀ ਕਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗੈਂਗਸਟਰਾਂ ਦੀ ਅੱਖ ਹੁਣ ਪੰਜਾਬੀ 뮤직 ਇੰਡਸਟਰੀ ਤੇ ਹੈ ਜਿੱਥੇ ਪੈਸਾ ਲਗਾ ਕੇ ਗੈਂਗਸਟਰ ਆਪਣਾ ਕਾਲਾ ਧੰਜੜਾ ਸਫੇਦ ਕਰਨਾ ਚਾਹੁੰਦੇ ਨੇ ਤੇ ਇਹ ਵੀ ਦੱਸਦੀ ਹੈ ਕਿ ਕੈਨੇਡਾ ਬੈਠੇ ਕਈ ਪੰਜਾਬੀ ਗਾਇਕੀਨਾਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਹੈ ਸੋ ਪਹਿਲਾਂ ਵੀ ਕਈ ਵਾਰ ਗੈਂਗਸਟਰਾਂ ਦੇ ਵੱਲੋਂ ਲਗਾਤਾਰ ਜੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਗਾਇਕਾ ਨੂੰ ਫਰੋਤੀ ਮੰਗੀ ਜਾ ਰਹੀ ਸੀ ਜ਼ਬਰਨ ਵਸੂਲੀ ਜੜੀਆਂ ਫੋਨ ਕਰਕੇ ਕਿਤੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਪਰ ਸਾਹਮਣੇ ਆ ਰਹੀ ਹੈ ਕਿ ਹੁਣ ਗੈਂਗਸਟਰ ਦੇ ਨਿਸ਼ਾਨੇ ਤੇ ਜਿਹੜੀ ਹੈ ਪੰਜਾਬੀ 뮤זיਕ ਇੰਡਸਟਰੀ ਐ ਸੋ ਤੁਹਾਨੂੰ ਦੱਸਦੀ ਕਿ 60 ਹਜ਼ਾਰ ਕਰੋੜ ਦੀ ਜਿਹੜੀ ਇਹ ਪੰਜਾਬੀ 뮤זיਕ ਇੰਡਸਟਰੀ ਹੋ ਚੁੱਕੀ ਐ ਜਿਸ ਤੇ ਉੱਤੇ ਜਿਹੜਾ ਇਹ ਗੈਂਗਸਟਰ ਜਿਹੜੀ ਅੱਖ ਲਗਾ ਕੇ ਬੈਠੇ ਹੋਏ ਨੇ ਹਾਲਾਂਕਿ ਬਹੁਤ ਸਾਰੀ ਇਹਨਾਂ ਦੇ ਵੱਲੋਂ ਜ਼ਬਰਨ ਵਸੂਲੀ ਕੀਤੀ ਗਈ ਐ ਫਰੋਤੀ ਮੰਗੀ ਗਈ ਐ ਸੋ ਇਸੇ ਫਰੋਤੀ ਨੂੰ ਹੁਣ ਸਫੇਦ ਤੰ ਦੇ ਵਿੱਚ ਬਦਲਣਾ ਚਾਹੁੰਦੇ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਐ ਕਿ ਹੁਣ ਪੰਜਾਬੀ 뮤זיਕ ਇੰਡਸਟਰੀ ਜਿਹੜੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਐ ਇਹਨਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਗਾਇਕਾ ਜਿਨ੍ਹਾਂ ਦੇ ਉੱਤੇ ਇਹ ਹੁਣ ਗੈਂਗਸਟਰ ਅੱਖ ਲਗਾ ਕੇ ਬੈਠੇ ਹੋਏ ਨੇ ਫਰੋਤੀ ਮੰਗਣ ਦੀ ਫਰਾਤ ਦੇ ਵਿੱਚ ਹਨ ਤੇ ਇਹ ਜੜਿਓ ਫਰੋਤੀ ਮੰਗੀ ਜਾਵੇਗੀ ਤੇ ਉਹਨਾਂ ਨੂੰ ਇੰਨਿਆ ਪੰਜਾਬੀ ਇੰਡਸਟਰੀ ਦੇ ਉੱਤੇ ਲਗਾ ਕੇ ਇਸ ਤਾਨ ਨੂੰ ਜੜਾਇਆ ਸਫੇਦ ਕੀਤਾ ਜਾਵੇਗਾ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੁਸੱਲ ਦੇ ਕਤਲ ਕਾਂਡ ਤੋਂ ਬਾਅਦ ਫਿਰ ਜਿਹੜੇ ਗੈਂਗਸਟਰ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਸੋ ਤੁਹਾਨੂੰ ਦੱਸੇ ਕਿ ਦਵਿੰਦਰ ਬੰਬੀਆ ਤੇ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵਿੱਚ ਜਿੰਨੇ ਵੀ ਗੈਂਗਸਟਰ ਨੇ ਨਦੇ ਵੱਲੋਂ ਪੰਜਾਬੀ 뮤זיਕ ਇੰਡਸਟਰੀ ਦੇ ਉੱਤੇ ਅੱਖ ਰੱਖੇ ਜਾ ਰਹੀ ਹੈ ਕੈਨੇਡਾ ਦੇ ਵਿੱਚ ਬੈਠੇ ਪੰਜਾਬੀ ਗਾਇਕਾਂ ਦੇ ਉੱਤੇ ਵੀ ਜਿਹੜੀ ਆ ਇਹਨਾਂ ਦੇ ਵੱਲੋਂ ਅੱਖ ਰੱਖੇ ਜਾ ਰਹੀ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਜਬਰਨ ਵਸੂਲੀ ਕੀਤੀ ਜਾ ਰਹੀ ਹੈ ਤੇ ਇਹ ਕਾਰਨ ਜਿਹੜਾ ਨੇੜਤਾ ਦਾ ਕਹਿ ਸਕਦੇ ਆ ਕਿ ਨੇੜਤਾ ਜਿਹੜੀ ਇਹਨਾਂ ਗੈਂਗਸਟਰ ਤੇ ਗਾਇਕਾਂ ਦੇ ਵਿਚਾਲੇ ਹੁੰਦੀ ਹੈ ਤੇ ਆਪਣੇ ਜਿਹੜਾ ਲਗਾਤਾਰ ਰਡਾਰ ਤੇ ਜਿਹੜੇ ਗੈਂਗਸਟਰ ਆ ਗਾਇਕਾਂ ਨੂੰ ਲੈ ਰਹੇ ਨੇ ਲਗਾਤਾਰ ਜੁੜੀਆਂ ਧਮਕੀਆਂ ਪਰੇ ਫੋਨ ਕੀਤੇ ਜਾ ਰਹੇ ਨੇ ਅਲੱਗ-ਅਲੱਗ ਗਾਇਕਾਂ ਨੂੰ ਤੇ ਇਸੇ ਹੀ ਦੌਰਾਨ ਹੁਣ ਜਿਹੜੀ ਆ ਮੀਡੀਆ ਰਿਪੋਰਟ ਆਦੇ ਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਗੈਂਗਸਟਰਾਂ ਦੀ ਜਿਹੜੀ ਨਜ਼ਰ ਆ ਪੰਜਾਬੀ 뮤직 ਇੰਡਸਟਰੀ ਤੇ ਹੈ ਜੋ ਇਸ ਵਕਤ 60 ਕਰੋੜ ਦੀ ਇਹ 뮤직 ਇੰਡਸਟਰੀ ਹੈ ਜਿਸ ਤੇ ਉੱਤੇ ਇਹ ਗੈਂਗਸਟਰ ਜਿਹੜੇ ਆ ਅੱਖ ਲਗਾ ਕੇ ਬੈਠੇ ਹੋਏ ਨੇ ਸੋ ਤੁਹਾਨੂੰ ਦੱਸਦੀ ਕਿ ਆਈਬੀ ਦੇ ਵੱਲੋਂ ਜਿਹੜਾ ਖੁਲਾਸੇ ਕਾਫੀ ਕਿਤੇ ਜਾ ਸਕਦੇ ਨੇ ਕਿਉਂਕਿ ਆਈਬੀ ਦੇ ਹੱਥੇ ਇਸ ਸਾਰੇ ਮਾਮਲੇ ਦੀ ਜਿਹੜੀ ਇਨਪੁਟ ਲੱਗੀ ਹੈ ਸੋ ਕਈ ਹੋਰ ਵੀ ਜਿਹੜੇ ਆ ਵੱਡੇ ਖੁਲਾਸੇ ਹੋਣਗੇ ਸੋ ਇਹ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਇਨਪੁਟ ਹੱਥ ਲੱਗੀ ਹੈ ਇੰਟੈਲੀਜੈਂਸ ਬਿਊਰੋ ਦੇ ਹੱਥ ਚੋ ਇਨਪੁਟ ਲੱਗੀ ਹੈ ਉਸ ਤੋਂ ਬਾਅਦ ਇਹ ਖੁਲਾਸਾ ਹੋ ਰਿਹਾ ਹੈ ਕਿ ਗੈਂਗਸਟਰ ਦੀ ਅੱਖ ਹੁਣ ਪੰਜਾਬੀ 뮤직 ਇੰਡਸਟਰੀ ਤੇ ਹੈ ਤੇ ਕੈਨੇਡਾ ਦੇ ਵਿੱਚ ਬੈਠੇ ਜੋ ਗਾਇਕ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਧੌਂਸੇ ਜਮਾ ਸਕਦੇ ਨੇ ਆਪਣੇ ਗੈਂਗਸਟਰ ਜੇ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰੀਏ ਜੇ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰੀਏ ਤੇ ਬਹੁਤ ਹੀ ਪੰਜਾਬ ਦੇ ਵਿੱਚ ਕੈ ਲਈਏ ਜਾਂ ਹੋਰ ਵੀ ਦੇਸ਼ਾਂ ਦੇ ਵਿੱਚ ਕਾਫੀ ਜੜੀਆਂ ਇਸ 뮤직 ਇੰਡਸਟਰੀ ਦਾ ਬੋਲ ਵਾਲਾ ਹੈ ਕਾਫੀ ਤੌਂਸ ਜਮਾਈ ਹੋਈ ਹੈ ਜਿਸ ਤੇ ਹੁਣ ਗੈਂਗਸਟਰ ਆਪਣੀ ਕੜੀ ਅੱਖ ਲਗਾ ਕੇ ਬੈਠੇ ਹੋਏ ਨੇ ਕਿਉਂਕਿ ਕਈ ਤਰ੍ਹਾਂ ਦੀ ਜੜੀਆਂ ਉਹਨਾਂ ਦੇ ਵੱਲੋਂ ਰਕਮ ਵਸੂਲੀ ਗਈ ਹੈ ਕਈ ਮੰਤਰੀਆਂ ਨੂੰ ਕਹਿ ਸਕਦੇ ਹਾਂ ਧਮਕੀਆਂ ਵੀ ਮੰਤਰੀਆਂ ਨੂੰ ਧਮਕੀਆਂ ਵਰੇ ਫੋਨ ਆ ਰਹੇ ਨੇ ਦਿੱਥੋਂ ਤੱਕ ਪੰਜਾਬੀ ਗਾਇਕਾਂ ਨੂੰ ਜੜੇ ਫੋਨ ਇਹਨਾਂ ਗੈਂਗਸਟਰਾਂ ਦੇ ਵੱਲੋਂ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਇਸੇ ਤਣ ਨੂੰ ਜੜਾ ਕਾਲੇ ਨੂੰ ਸਫੇਦ ਕਰਨ ਦੇ ਲਈ ਹੁਣ ਪੰਜਾਬੀ 뮤ਜ਼ਿਕ ਇੰਡਸਟਰੀ ਦਾ ਇਹਨਾਂ ਗੈਂਗਸਟਰਾਂ ਦੇ ਵੱਲੋਂ ਇਸਤੇਮਾਲ ਕੀਤਾ ਜਾ ਸਕਦਾ ਹੈ